ਹੈਲੋ ਫਰੈਂਡਸ ਪਿਛਲੇ ਵੀਡੀਓ ਦੀ ਥਿਊਰਮ ਵਿੱਚ ਅਸੀਂ ਸਿੱਖਿਆ ਸੀ ਕਿ ਚੱਕਰ ਦੀ ਸਪਰਸ਼ ਰੇਖਾ ਉਸਦੇ ਰੇਡੀਅਸ ਅਰਧ ਵਿਆਸ ਨਾਲ 90 ਡਿਗਰੀ ਦਾ ਕੋਣ ਬਣਾਉਂਦੀ ਹੈ ਲੰਬ ਹੁੰਦੀ ਹੈ ਅਤੇ ਅੱਜ ਸਿੱਖਾਂਗੇ ਅਸੀਂ ਕੁਝ ਹੋਰ ਨਵਾਂ ਆਓ ਸ਼ੁਰੂ ਕਰੀਏ ਇੱਥੇ ਸਾਨੂੰ ਤਿੰਨ ਚਿੱਤਰ ਦਿੱਤੇ ਗਏ ਹਨ ਜਿੱਥੇ ਕਿ ਇੱਕ ਰੇਖਾ ਚੱਕਰ ਦੇ ਬਿਲਕੁਲ ਅੰਦਰ ਹੈ ਦੂਸਰੀ ਚੱਕਰ ਨੂੰ ਸਪਰਸ਼ ਕਰਦੀ ਹੋਈ ਅਤੇ ਤੀਸਰੇ ਚਿੱਤਰ ਦੇ ਵਿੱਚ ਚੱਕਰ ਦੀਆਂ ਦੋ ਸਪਰਸ਼ ਰੇਖਾਵਾਂ ਬਣੀਆਂ ਹੋਈਆਂ ਹਨ ਆਓ ਦੇਖੀਏ ਕੀ ਹੈ ਅੱਜ ਦਾ ਟੌਪਿਕ ਨੰਬਰ ਆਫ ਟੈਂਜੈਂਟਸ ਫਰੋਮ ਅ ਪੁਆਇੰਟ ਔਨ ਅ ਸਰਕਲ ਮੀਨਸ ਇੱਕ ਦਿੱਤੇ ਗਏ ਬਿੰਦੂ ਤੋਂ ਅਸੀਂ ਚੱਕਰ ਦੇ ਕੋਲ ਕਿੰਨੇ ਸਪਰਸ਼ ਰੇਖਾਵਾਂ ਡਰਾ ਕਰ ਸਕਦੇ ਹਾਂ ਕਿੰਨੇ ਟੈਂਜੈਂਟਸ ਇੱਕ ਬਿੰਦੂ ਵਿੱਚੋਂ ਲੰਘ ਸਕਦੇ ਹਨ ਇਸ ਵਕਤ ਸਾਡੇ ਕੋਲ 3 ਕੇਸਿਸ ਬਣ ਗਏ ਹਨ ਪਹਿਲਾ ਕੇਸ ਜਦੋਂ ਕਿ ਦਿੱਤਾ ਹੋਇਆ ਬਿੰਦੂ ਚੱਕਰ ਦੇ ਅੰਦਰ ਸਥਿਤ ਹੈ ਚਿੱਤਰ ਪਹਿਲੇ ਅਨੁਸਾਰ ਜੇ ਇਹ ਬਿੰਦੂ ਚੱਕਰ ਦੇ ਅੰਦਰ ਵਾਲੇ ਹਿੱਸੇ ਵਿੱਚ ਹੈ ਤਾਂ ਉਹ ਕੋਈ ਵੀ ਸਪਰਸ਼ ਰੇਖਾ ਨਹੀਂ ਦੇਵੇਗਾ ਅਤੇ ਹੁਣ ਇਹ ਰੇਖਾ ਸੀਕੈਂਟ ਰੇਖਾ ਕਹਾਉਂਦੀ ਹੈ ਜਿਵੇਂ ਕਿ ਅਸੀਂ ਪਿਛਲੇ ਵੀਡੀਓ ਵਿੱਚ ਸਿੱਖਿਆ ਸੀ ਕੇਸ 2 ਜੇ ਉਹ ਬਿੰਦੂ ਚੱਕਰ ਦੇ ਘੇਰੇ ਉੱਤੇ ਸਥਿਤ ਹੈ ਚੱਕਰ ਨੂੰ ਟੱਚ ਕਰ ਰਿਹਾ ਹੈ ਤਾਂ ਅਸੀਂ ਪਹਿਲਾਂ ਸਿੱਖਿਆ ਹੋਇਆ ਹੈ ਕਿ ਇਹ ਇੱਕ ਸਪਰਸ਼ ਰੇਖਾ ਬਣਾਏਗਾ ਬਿੰਦੂ ਪੀ ਚੱਕਰ ਦੇ ਨਾਲ ਸਪਰਸ਼ ਰੇਖਾ ਐਕਸ ਵਾਈ ਬਣਾ ਰਿਹਾ ਹੈ ਇਹ ਬਿੰਦੂ ਪੀ ਚੱਕਰ ਦੇ ਘੇਰੇ ਉੱਤੇ ਸਥਿਤ ਹੈ ਤੀਸਰਾ ਕੇਸ ਜਦੋਂ ਕਿ ਦਿੱਤਾ ਗਿਆ ਬਿੰਦੂ ਨਾ ਹੀ ਚੱਕਰ ਦੇ ਅੰਦਰ ਸਥਿਤ ਹੈ ਅਤੇ ਨਾ ਹੀ ਚੱਕਰ ਦੇ ਘੇਰੇ ਦੇ ਉੱਤੇ ਬਲਕਿ ਚੱਕਰ ਤੋਂ ਬਾਹਰ ਸਥਿਤ ਹੈ ਅਜਿਹੀ ਅਵਸਥਾ ਵਿੱਚ ਅਸੀਂ ਚੱਕਰ ਦੇ ਕੇਵਲ ਦੋ ਟੈਂਜੈਂਟਸ ਦੋ ਸਪਰਸ਼ ਰੇਖਾਵਾਂ ਡਰਾ ਕਰ ਸਕਦੇ ਹਾਂ ਜਿਵੇਂ ਕਿ ਚਿੱਤਰ 3 ਵਿੱਚ ਦਿਖਾਇਆ ਗਿਆ ਹੈ ਏ ਕੋਈ ਦਿੱਤਾ ਹੋਇਆ ਬਿੰਦੂ ਹੈ ਜਿਹੜਾ ਕਿ ਚੱਕਰ ਦੇ ਬਾਹਰ ਸਥਿਤ ਹੈ ਇਸ ਤੋਂ ਅਸੀਂ ਦੋ ਸਪਰਸ਼ ਰੇਖਾਵਾਂ AP ਅਤੇ AQ ਡਰਾ ਕਰ ਸਕਦੇ ਹਾਂ ਬਣਾ ਸਕਦੇ ਹਾਂ ਇਸ ਤੋਂ ਵੱਧ ਜਾਂ ਘੱਟ ਬਿਲਕੁਲ ਨਹੀਂ ਭਾਵ ਇੱਕ ਦਿੱਤਾ ਗਿਆ ਬਿੰਦੂ ਜੋ ਕਿ ਚੱਕਰ ਦੇ ਬਾਹਰ ਸਥਿਤ ਹੈ ਉਸ ਤੋਂ ਅਸੀਂ ਕੇਵਲ ਅਤੇ ਕੇਵਲ ਦੋ ਸਪਰਸ਼ ਰੇਖਾਵਾਂ ਹੀ ਬਣਾ ਸਕਦੇ ਹਾਂ ਆਓ ਥਿਊਰਮ ਦੇਖਦੇ ਹਾਂ ਥਿਊਰਮ ਨੰਬਰ 2 ਦ ਲੈਂਥ ਆਫ ਟੈਂਜੈਂਟਸ ਡ੍ਰੋਨ ਫਰੋਮ ਐਨ ਐਕਸਟਰਨਲ ਪੁਆਇੰਟ ਔਨ ਅ ਸਰਕਲ ਆਰ ਇਕੁਅਲ ਥਿਊਰਮ ਕਹਿ ਰਹੀ ਹੈ ਕਿ ਜਦੋਂ ਅਸੀਂ ਚੱਕਰ ਦੇ ਬਾਹਰ ਕੋਈ ਬਿੰਦੂ ਲੈਂਦੇ ਹਾਂ ਅਤੇ ਉਸ ਦੀਆਂ ਦੋ ਸਪਰਸ਼ ਰੇਖਾਵਾਂ ਬਣਨਗੀਆਂ ਇਹ ਸਪਰਸ਼ ਰੇਖਾਵਾਂ ਦੀ ਲੰਬਾਈ ਬਰਾਬਰ ਹੋਵੇਗੀ ਭਾਵੇਂ ਕਿ ਦਿੱਤੇ ਹੋਏ ਚਿੱਤਰ ਮੁਤਾਬਕ स्पर्श रेखा AP बराबर है स्पर्श रेखा AQ ए लंबाइयां ਅਸੀਂ ਇਸ ਥਿਉਰਮ ਦੇ ਮੁਤਾਬਕ ਬਰਾਬਰ ਸਿੱਧ ਕਰਨੀਆਂ ਹਨ ਆਓ ਥਿਉਰਮ ਦਾ ਹੱਲ ਦੇਖਦੇ ਹਾਂ ਦੁਬਾਰਾ ਅਸੀਂ ਚੱਕਰ ਬਣਾਇਆ ਅਤੇ ਉਸ ਦੇ ਬਾਹਰ ਕੋਈ ਬਿੰਦੂ P ਲੈ ਲਿਆ ਇਸ P ਬਿੰਦੂ ਤੋਂ ਦੋ ਸਪर्श रेखाਵਾਂ PQ ਅਤੇ PR ਡਰਾ ਕੀਤੀਆਂ ਪ੍ਰਸ਼ਨ ਮੁਤਾਬਕ ਅਸੀਂ ਇੱਥੇ ਸਿੱਧ ਕਰਨਾ ਹੈ ਕਿ ਲੰਬਾਈ PQ ਬਰਾਬਰ ਹੈ ਲੰਬਾਈ ਪੀ ਆਰ ਹੱਲ ਕਰਨ ਦੇ ਲਈ ਅਸੀਂ ਇੱਕ ਕੰਸਟਰਕਸ਼ਨ ਕਰਾਂਗੇ ਰਚਨਾ ਕਰ ਰਹੇ ਹਾਂ ਚੱਕਰ ਦੇ ਕੇਂਦਰ O ਨੂੰ ਤਿੰਨੇ ਬਿੰਦੂਆਂ ਨਾਲ ਜੁਆਇਨ ਕਰ ਦੇਣਾ ਹੈ ਜੋੜ ਦੇਣਾ ਹੈ ਭਾਵ ਕਿ ਅਸੀਂ O Q O P ਅਤੇ O R ਨੂੰ ਜੋੜਿਆ ਰਚਨਾ ਕਰਨ ਤੋਂ ਬਾਅਦ ਆਓ ਹੁਣ ਅਸੀਂ ਇਸ ਥਿਉਰਮ ਦਾ ਸਬੂਤ ਦੇਖਦੇ ਹਾਂ ਪ੍ਰੂਫ ਵੱਲ ਵਧਦੇ ਹਾਂ ਇੱਥੇ ਚਿੱਤਰ ਵਿੱਚ ਸਾਨੂੰ ਰਚਨਾ ਕਰਨ ਤੋਂ ਬਾਅਦ ਦੋ ਤ੍ਰਿਪੂਜਾ ਨਜ਼ਰ ਆ ਰਹੀਆਂ ਹਨ ਤ੍ਰਿਪੂਜ O Q P ਅਤੇ ਤ੍ਰਿਪੂਜ O R P ਜੇਕਰ ਅਸੀਂ ਇਹਨਾਂ ਦੋਨਾਂ ਤ੍ਰਿਪੂਜਾਂ ਨੂੰ ਸਰਬੰਗ ਸੰਸ਼ੋ ਕਰ ਦਿੰਦੇ ਹਾਂ ਤਾਂ ਆਟੋਮੈਟਿਕਲੀ ਇਸ ਦੇ ਸਾਰੇ ਪਾਰਟਸ ਸਾਰੇ ਹਿੱਸੇ ਬਰਾਬਰ ਹੁੰਦੇ ਹਨ ਅਤੇ ਉਸ ਤੋਂ ਹੀ ਸਿੱਧ ਹੋ ਜਾਵੇਗਾ ਕਿ ਪੂਜਾ P Q V ਪੂਜਾ P R ਦੇ ਬਰਾਬਰ ਹੈ ਤਾਂ ਆਓ ਇਸ ਦਾ ਪ੍ਰੂਫ ਦੇਖੀਏ ਇੱਥੇ कोण OQP ਅਤੇ कोण ORP ਇਹ ਦੋਨੇ 90 ਡਿਗਰੀ ਦੇ ਹਨ ਕਿਵੇਂ ਜਿਵੇਂ ਕਿ ਅਸੀਂ ਪਿਛਲੇ ਵੀਡੀਓ ਵਿੱਚ ਦੱਸਿਆ ਸੀ ਸਿੱਧ ਕੀਤਾ ਸੀ ਕਿ ਸਪਰਸ਼ ਰੇਖਾ ਚੱਕਰ ਦੇ ਅਰਧ ਵਿਆਸ ਨਾਲ 90 ਡਿਗਰੀ ਦਾ ਕੋਣ ਬਣਾਉਂਦੀ ਹੈ ਇਸ ਲਈ ਕੋਣ Q ਬਰਾਬਰ ਹੈ ਕੋਣ R ਬਰਾਬਰ ਹੈ ਦੋਵੇਂ 90 ਡਿਗਰੀ ਹੁਣ ਦੋਵੇਂ ਤਰੀਕ ਤੋਂ ਜਾਂ ਦੇਖੋ ਭਾਵ ਕੇ ਇਨ ਰਾਈਟ ਐਂਗਲ ਟ੍ਰਾਇੰਗਲ OQP ਐਂਡ ORP ਇਹਨਾਂ ਦੋਨਾਂ ਤ੍ਰਿਭੁਜਾਂ ਵਿੱਚ ਸਾਡੇ ਕੋਲ ਕੀ ਕੁਝ ਬਰਾਬਰ ਹੈ OQ ਬਰਾਬਰ ਹੈ OR ਕਿਉਂਕਿ ਇਹ ਦੋਨੇ ਚੱਕਰ ਦੇ ਅਰਧ ਵਿਆਸ ਹਨ ਆਟੋਮੈਟਿਕਲੀ ਇਹ ਬਰਾਬਰ ਹੋਣਗੇ ਫਿਰ ਭੁਜਾ OP ਇਸ ਇਕੁਅਲ ਟੂ ਭੁਜਾ OP ਉੱਪਰਲੇ ਤ੍ਰਿਭੁਜ ਦੀ ਭੁਜਾ OP ਅਤੇ ਹੇਠਲੇ ਤ੍ਰਿਭੁਜ ਦੀ ਭੁਜਾ OP ਇਹ ਦੋਵੇਂ ਤ੍ਰਿਭੁਜਾਂ ਵੀ ਬਰਾਬਰ ਹਨ ਕਿਉਂਕਿ ਇੱਕੋ ਹੀ ਭੁਜਾ ਦੀ ਤਾਂ ਗੱਲ ਕਰ ਰਹੇ ਹਾਂ ਇਹ ਦੋ ਪੂਜਾਵਾਂ ਬਰਾਬਰ ਹੋ ਗਈਆਂ ਤਾਂ ਇਹ ਸਾਡੇ ਕੋਲ ਆਰ ਐਚ ਐਸ ਐਕਸੀਅਮ ਬਣ ਗਿਆ ਸਰਬੰਗ ਸਮਤਾ ਦਾ ਕਿ ਰਾਈਟ ਐਂਗਲ ਫਿਰ ਹਾਈਪੋਟੈਨਿਊਸ OP ਅਤੇ S ਕੋਈ ਇੱਕ ਸਾਈਡ ਪੂਜਾ ਅਰਧ ਵਿਆਸ ਵਾਲੀ ਇਹ ਤਿੰਨੇ ਚੀਜ਼ਾਂ ਬਰਾਬਰ ਹਨ ਇਸ ਸਿਧਾਂਤ ਨਾਲ ਤ੍ਰਿਭੁਜ OQP ਸਰਬੰਗ ਸਮ ਹੈ ਤ੍ਰਿਭੁਜ ORP ਦੇ ਅਤੇ ਹੁਣ ਅਸੀਂ ਇਹ ਕਹਿ ਸਕਦੇ ਹਾਂ ਕਿ ਜੇ ਦੋ ਤ੍ਰਿਭੁਜਾਂ ਸਰਬੰਗਸਮ ਹਨ ਤਾਂ ਉਹਨਾਂ ਦੇ ਕੋਰਸਪੋਂਡਿੰਗ ਪਾਰਟਸ ਵੀ ਆਕਾਰ ਵਿੱਚ ਬਰਾਬਰ ਹੁੰਦੇ ਹਨ ਭਾਵੇਂ ਕਿ ਭੁਜਾ PQ ਹੈ ਭੁਜਾ PR ਪਰ ਇਹ ਦੋਵੇਂ ਕੀ ਹਨ ਸਪਰਸ਼ ਰੇਖਾਵਾਂ ਦਿੱਤੇ ਗਏ ਬਿੰਦੂ P ਤੋਂ ਜਿਹੜਾ ਕਿ ਚੱਕਰ ਦੇ ਬਾਹਰ ਹੈ ਬਾਹਰੀ ਬਿੰਦੂ P ਤੋਂ ਦੋ ਸਪਰਸ਼ ਰੇਖਾਵਾਂ ਨਿਕਲਦੀਆਂ ਹਨ ਅਤੇ ਉਹਨਾਂ ਦੋਨਾਂ ਦਾ ਆਕਾਰ ਇੱਥੇ ਅਸੀਂ ਬਰਾਬਰ ਸਿੱਧ ਕਰ ਦਿੱਤਾ ਹੈ ਮੀਨਸ ਸਾਡੀ ਥਿਉਰਮ ਪ੍ਰੂਫ ਹੋ ਗਈ ਹੈ ਸੋ ਫਰੈਂਡਸ ਆਪਾਂ ਦੇਖਿਆ ਕਿ ਜੇ ਚੱਕਰ ਦੇ ਬਾਹਰਲੇ ਪਾਸੇ ਕੋਈ ਬਿੰਦੂ ਹੈ ਤਾਂ ਉਸ ਵਿੱਚੋਂ ਦੋ ਬਰਾਬਰ ਆਕਾਰ ਦੀਆਂ ਸਪਰਸ਼ ਰੇਖਾਵਾਂ ਬਣਾਈਆਂ ਜਾ ਸਕਦੀਆਂ ਹਨ ਅੱਜ ਦੇ ਵੀਡੀਓ ਵਿੱਚ ਬਸ ਇੰਨਾ ਹੀ ਤੁਸੀਂ ਆਪਣੀਆਂ ਕੁਐਰੀਜ਼ ਨੂੰ ਸਾਡੇ ਕਮੈਂਟ ਬਾਕਸ ਵਿੱਚ ਲਿਖ ਕੇ ਜ਼ਰੂਰ ਸੰਪਰਕ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾਉਣਾ ਨਾ ਭੁੱਲਿਓ ਉਸ ਦੇ ਨਾਲ ਹੀ ਤੁਹਾਨੂੰ ਸਾਡੇ ਅਗਲੇ ਵੀਡੀਓ ਦੇ ਨੋਟੀਫਿਕੇਸ਼ਨਸ ਮਿਲਣਗੇ ਇਸ ਥਿਊਰਮ ਸੰਬੰਧੀ ਕੁਝ ਸਵਾਲ ਆਪਣੇ ਕੋਰਸ ਬੁੱਕ ਵਿੱਚੋਂ ਵੀ ਕਰਨ ਦੀ ਕੋਸ਼ਿਸ਼ ਕਰੋ ਟੇਕ ਕੇਅਰ ਐਂਡ ਵਰਕ ਹਾਰਡ ਬਾਏ ਬਾਏ